गन कल्चर ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਗੋਲੀ ਮਾਰਨ ਦੀਆਂ ਦੀਆਂ ਵਾਰਦਾਤਾਂ ਨੇ ਉਹਨਾਂ ਚ ਵੀ ਇਜ਼ਾਫਾ ਹੋ ਰਿਹਾ ਹੈ ਵਾਇਲੈਂਸ ਵਧ ਰਹੀ ਹੈ ਇਸੇ ਲਈ ਇਸ ਤੇ ਨਕੇਲ ਕੱਸਣ ਦੇ ਲਈ ਫੈਡਰਲ ਸਰਕਾਰ ਵਿਚਾਰਤਾ ਕਰੀ ਰਹੀ ਸੀ ਹੁਣ ਫੈਡਰਲ ਸਰਕਾਰ ਨੇ ਨਵਾਂ ਬਾਇ ਬੈਕ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਬਿਲ ਸੀ ਦੇ ਤਹਿਤ ਇਸ ਪ੍ਰੋਗਰਾਮ ਦੇ ਵਿੱਚ ਮਿਊਨਿਸਪਲਟੀਆਂ ਬੰਦੂਕਾਂ ਤੇ ਪਾਬੰਦੀਆਂ ਲਗਾਉਣ ਦੀ ਇਜਾਜ਼ਤ ਜਿਹੜੀਆਂ ਨੇ ਦੇਰੀਆਂ ਨਹੀਂ ਹੈ ਅਤੇ ਜਿਸ ਨੇ ਨਿਯਮਾਂ ਦੀ ਕੀਤੀ ਉਲੰਘਣਾ ਉਸ ਦੇ ਲਈ ਜੁਰਮਾਨਾ ਤੇ ਜੇਲ ਦੋਵੇਂ ਹੋਣਗੇ ਤਿਆਰ ਪਿਛਲੇ ਸਾਲ ਮਈ ਦੇ ਵਿੱਚ ਵੀ 1500 ਜਿਹੜੇ ਨੇ ਉਹ ਕਿਸਮ ਦੇ ਹਥਿਆਰਾਂ ਦੇ ਉੱਤੇ ਪਾਬੰਦੀ ਲਗਾਈ ਗਈ ਸੀ ਨਜ਼ਰ ਇੱਕ ਪੂਰੀ ਰਿਪੋਰਟ ਤੇ ਫੈਡਰਲ ਸਰਕਾਰ ਬੰਦੂਖ ਦੀ ਹਿੰਸਾ ਦੇ ਵਿਰੁੱਧ ਆਪਣੀ ਲੜਾਈ ਦੇ ਵਿੱਚ ਇੱਕ ਕਦਮ ਚੁੱਕਣ ਜਾ ਰਹੀ ਹੈ ਸ਼ਹਿਰਾਂ ਨੂੰ ਹੈਂਡਗਨ ਤੇ ਪਾਬੰਦੀ ਲਗਾਉਣ ਦੇ ਲਈ ਨਵੇਂ ਕਾਨੂੰਨ ਬਣਾਉਣ ਤੇ ਇੱਕ ਨਵੇਂ ਖਰੀਦ ਵਾਪਸੀ ਪ੍ਰੋਗਰਾਮ ਦਾ ਐਲਾਨ ਕਰਨ ਜਾ ਰਹੀ ਹੈ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਖਰੀਦ ਵਾਪਸ ਪ੍ਰੋਗਰਾਮ ਤੇ ਧਿਆਨ ਕੇਂਦ੍ਰਿਤ ਕਰਦਿਆਂ ਮੰਗਲਵਾਰ ਨੂੰ ਐਲਾਨ ਕੀਤਾ ਜਸਟਨ ਟਰੋਡੋ ਨੇ ਕਿਹਾ ਹੈ ਕਿ ਅਸੀਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਬਾਇਬੈਕ ਪ੍ਰੋਗਰਾਮ ਦੇ ਨਾਲ ਅੱਗੇ ਵਧਾਂਗੇ ਤੇ ਇਹ ਯਕੀਨੀ ਬਣਾਉਣ ਦੇ ਲਈ ਪੂਰੀ ਮਨਾਹੀ ਕਰਾਂਗੇ ਕਿ ਇਨ੍ਹਾਂ ਹਥਿਆਰਾਂ ਨੂੰ ਕਾਨੂੰਨੀ ਤੌਰ ਤੇ ਇਸਤੇਮਾਲ ਟ੍ਰਾਂਸਫਰ ਟ੍ਰਾਂਸਪੋਰਟ ਯਾ ਵੇਚਾ ਨਾ ਜਾ ਸਕੇ ਪ੍ਰੋਗਰਾਮ ਪਿਛਲੀ ਮਈ ਦੇ ਵਿੱਚ ਸੈਂਕੜੇ ਕਿਸਮਾਂ ਦੇ ਹਥਿਆਰਾਂ ਤੇ ਪਾਬੰਦੀ ਲਗਾਉਣ ਤੋਂ ਬਾਅਦ ਸਾਹਮਣੇ ਆਇਆ ਹੈ ਪਿਛਲੇ ਸਾਲ ਹਮਲੇ ਵਾਲੇ ਹਥਿਆਰਾਂ ਦੇ 1500 ਮਾਡਲਾਂ ਤੇ ਪਾਬੰਦੀ ਲਗਾਉਣਾ ਇੱਕ ਅਹਿਮ ਕਦਮ ਸੀ ਪਰ ਸਾਨੂੰ ਗੈਰ ਕਾਨੂੰਨੀ ਬੰਦੂਕ ਦੀ ਮਾਰਕੀਟ ਨੂੰ ਵੀ ਜਾਰੀ ਰੱਖਣਾ ਚਾਹੀਦਾ ਹੈ ਟਰੋਡੋ ਨੇ ਕਿਹਾ ਹੈ ਕਿ ਇਸ ਦੇ ਲਈ ਅਸੀਂ ਬੰਦੂਕ ਦੀ ਤਸਕਰੀ ਤੇ ਤਸਕਰੀ ਲਈ ਅਪਰਾਧਕ ਜੁਰਮਾਨੇ ਵਧਾਵਾਂਗੇ ਤੇ ਗੈਰ ਕਾਨੂੰਨੀ ਹਥਿਆਰਾਂ ਨੂੰ ਦੇਸ਼ ਤੋਂ ਬਾਹਰ ਰੱਖਣ ਦੇ ਲਈ ਪੁਲਿਸ ਤੇ ਸਰਹੱਦੀ ਅਧਿਕਾਰੀਆਂ ਦੀ ਸਮਰੱਥਾ ਵੀ ਵਧਾਵਾਂਗੇ ਐਨਆਈ ਨਹੀਂ ਹਥਿਆਰਾਂ ਤੇ ਕਾਰਤੂਸ ਰੱਖਣ ਵਾਲੇ ਸਥਾਨ ਨੂੰ ਬਦਲਣ ਦੇ ਲਈ ਨਵੇਂ ਅਪਰਾਧ ਕਾਨੂੰਨ ਬਣਨਗੇ ਤੇ ਬਾਰੂਦ ਦੀ ਧਰਾਮਤ ਤੇ ਸਖਤ ਪਾਬੰਦੀਆਂ ਲਾਗੂ ਕਰਾਂਗੇ ਬਿਲ ਸੀ 3 ਮਿਊਨਿਸਪਲਟੀਆਂ ਨੂੰ ਹੈਂਡ ਗਨਸ ਨੂੰ ਆਪਣੇ ਕਬਜ਼ੇ ਸਟੋਰੇਜ ਤੇ ਟ੍ਰਾਂਸਪੋਰਟੇਸ਼ਨ ਤੇ ਪਾਬੰਦੀ ਲਗਾਉਣ ਦੀ ਵੀ ਇਜਾਜ਼ਤ ਦਿੰਦਾ ਹੈ ਜਿਹੜਾ ਮਿਊਨਿਸਪਲ ਨਿਯਮਾਂ ਦੀ ਅਣਦੇਖੀ ਕਰੇਗਾ ਉਸਦੇ ਲਈ ਜੁਰਮਾਨਾ ਤੇ ਜੇਲ੍ਹ ਦੀ ਸਜ਼ਾ ਵੀ ਹੈ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਵਰਗੇ ਦੇਸ਼ ਦੇ ਵਿੱਚ ਬੰਦੂਕ ਦੀ ਮਲਕੀਅਤ ਇੱਕ ਸਨਮਾਨ ਹੈ ਅਧਿਕਾਰ ਨਹੀਂ ਇੱਕ ਵਿਸ਼ੇਸ਼ ਅਧਿਕਾਰ ਹੈ ਜੋ ਸਾਡੇ ਕਾਨੂੰਨਾਂ ਨਿਯਮਾਂ ਤੇ ਸਾਡੀਆਂ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਭਵਿਕਵਾਨੀ ਕਰਦਾ ਹੈ ਬਿਲ ਬਲੇਰ ਨੇ ਕਿਹਾ ਹੈ ਕਿ ਇਹ ਇੱਕ ਸਿਧਾਂਤ ਹੈ ਇਹ ਇਸ ਤੱਥ ਤੇ ਆਧਾਰਿਤ ਹੈ ਕਿ ਕੈਨੇਡਾ ਦੇ ਵਿੱਚ ਹਥਿਆਰਾਂ ਦੀ ਵਰਤੋਂ ਸ਼ਿਕਾਰ ਜਾਂ ਖੇਡਾਂ ਦੇ ਉਦੇਸ਼ਾ ਲਈ ਹੀ ਕੀਤੀ ਜਾਂਦੀ ਹੈ ਨਾ ਕਿ ਆਪ ਆਪਣੇ ਦੇਸ਼ ਦੇ ਨਾਗਰਿਕਾ ਤੋਂ ਖੁਦ ਨੂੰ ਬਚਾਉਣ ਦੇ ਲਈ ਬਲੇਅਰ ਨੇ ਕਿਹਾ ਹੈ ਕਿ ਅਸੀਂ ਆਪਣੀ ਸੁਰੱਖਿਆ ਲਈ ਬੰਦੂਕ ਦੇ ਅੰਤ ਤੇ ਨਹੀਂ ਬਲਕਿ ਕਾਨੂੰਨ ਦੇ ਸੋਸ਼ਣ ਤੇ ਭਰੋਸਾ ਕਰਦੇ ਹਾਂ ਬਹੁਤ ਸਾਰੇ ਬੰਦੂਕ ਨਿਰੰਤਰਣ ਵਕੀਲਾ ਨੇ ਇੱਕ ਰਾਸ਼ਟਰੀ ਹੈਂਡਗਨ ਬੈਨ ਲਈ ਦਬਾਅ ਵੀ ਪਾਇਆ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਇਸ ਨੂੰ ਮਿਊਨਿਸਪਲਟੀਆਂ ਤੇ ਛੱਡ ਦੇਣਾ ਨਿਯਮਾਂ ਦਾ ਪ੍ਰਭਾਵਹੀਨ ਪੈਚਵਰਕ ਬਣਾ ਦੇਵੇਗਾ ਟਰੂਡੋ ਦੇ ਅਨੁਸਾਰ ਸਾਲ 2019 ਦੇ ਵਿੱਚ ਕੈਨੇਡਾ ਵੱਧ ਨਸਲਾਂ ਦੇ ਵਿੱਚ 40% ਤੋਂ ਵੱਧ ਨੇ ਬੰਦੂਕਾਂ ਦੀ ਵਰਤੋਂ ਕੀਤੀ ਸੀ ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਕੈਨੇਡੀਅਨਾਂ ਨੂੰ ਬੰਦੂਕ ਦੀ ਹਿੰਸਾ ਤੋਂ ਸੁਰੱਖਿਅਤ ਰੱਖਣ ਦੀ ਗੱਲ ਆਉਂਦੀ ਹੈ ਸਾਨੂੰ ਵਿਚਾਰਾਂ ਤੇ ਪ੍ਰਾਰਥਨਾਵਾਂ ਤੋਂ ਇਲਾਵਾ ਠੋਸ ਕਾਰਵਾਈ ਦੀ ਵੀ ਲੋੜ ਹੁੰਦੀ ਹੈ ਹਾਲ ਹੀ ਦੇ ਸਾਲਾਂ ਦੇ ਵਿੱਚ ਹਥਿਆਰਾਂ ਨਾਲ ਹੋਈਆਂ ਮੌਤਾਂ ਬਾਰੇ ਗੱਲ ਕਰਦੇ ਹਾਂ ਟਰੂਨੋ ਨੇ ਕਿਹਾ ਹੈ ਕਿ ਕਿਸੇ ਨੂੰ ਕਦੇ ਵੀ ਡਰਨਾ ਨਹੀਂ ਚਾਹੀਦਾ ਜਿਸ ਦੇ ਸਤੋ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ